ਇਸਨੇ ਵਿੱਚ ਸ਼ੇਰਖਾਨ ਹਜ਼ਰਤ ਰਾਜਾ ਨਾਜ਼ਕ ਬਾ ਮੁਕਾਬਲਾ ਚੌਧਰੀ ਤਬਾਰਕ ਅਫਸਰ ਸਾਹਿਬ ਅੱਜ ਦੀ ਜਿਹੜੀ ਤਕਰੀਬ ਸ਼ਹੀਦ ਹੈ ਨਦੀਮ ਅਖਤਰ ਕਿਆਨੀ ਸਾਹਿਬ ਦੀ ਸ਼ਾਦੀ ਖਾਨ ਆਬਾਦੀ ਦੇ ਸਿਲਸਿਲੇ ਚ ਮਹਿਫਲ ਮੁਨੱਕਦ ਹੋਈ ਤੇ ਦੋਸਤੋ ਖੁਸ਼ੀਆਂ ਨੇ ਮੌਕੇ ਪਰ ਸਕੀ ਦੋ ਸੱਜਣ ਭਰਾ ਇਕੱਠੇ ਹੋਣੇ ਤੇ ਖੁਸ਼ੀਆਂ ਨਾਲੇ ਦੌੜ ਚੜ੍ਹਨ ਤੇ ਅੱਛੇ ਲੱਗਣੇ ਇਸਨੇ ਵਿੱਚ ਦੋ ਚਾਰ ਚੀਜ਼ਾਂ ਮੱਦੇ ਨਜ਼ਰ ਰੱਖਣੀਆਂ ਪੈਣੀਆਂ ਬਾਅਦ ਦਫ਼ਾ ਕੁਝ ਦੋਸਤਾਂ ਕੋਲ ਥੋੜ੍ਹੀ ਬਹੁਤੀ ਗਲਤੀ ਹੋਈ ਕਿ ਅਸੀਂ ਗੋਲਾ ਫੈਰ ਇਸ ਕਿਸਮ ਦੀਆਂ ਚੀਜ਼ਾਂ ਉਹ ਕਹਿਣੇ ਹੋਣੇ ਹੈ ਰੰਗਾ ਚ ਬੰਦ ਪਈਗੀ ਤੇ ਉਹ ਮਹਿਫਲ ਦੀ ਰੌਣਕ ਨਹੀਂ ਰਹਿਣੀ ਦੋਸਤੋ ਸਾਰੇ ਭਰਾ ਬਾ ਖੁਸ਼ੀ ਆਏ ਹੋ ਇਸ ਭਰਾ ਦੀ ਸ਼ਾਦੀ ਵਿੱਚ ਤੇ ਅੱਲਾ ਪਾਕ ਸਾਡੀ ਗਵਾਹੀ ਹੈ ਕਿ ਮਹਿਫਲ ਇਹ ਖੁਸ਼ੋ ਖੁਰਮ ਤੋੜ ਚੜ੍ਹੈ ਦੋਏ ਸ਼ੇਰਖਾਨ ਭਰਾ ਸਾਡੇ ਵਾਸਤੇ ਕਾਬਲੇ ਇਤਰਾਮ ਹੈ ਰਾਜਾ ਨਾਜ਼ਕ ਸਾਹਿਬ ਔਰ ਚੌਧਰੀ ਤਬਾਰਕ ਸਾਹਿਬ ਦੋਵਾਂ ਭਰਾ ਕੇ ਰਿਕੁਐਸਟ ਕੀ ਕਿ ਸੋਹਣੀ ਜੀ ਮਹਿਫਲ ਕਰੋ ਅਦਬ ਨੇ ਦਾਇਰੇ ਵਿੱਚ ਕਿਉਂਕਿ ਬਾ ਅਦਬ ਬਾ ਮੁਰਾਦ ਬੇ ਅਦਬ ਬੇ ਮੁਰਾਦ ਤੋਂ ਅਨਫੀ ਸਾਹਿਬ ਨੇ ਇੱਕ ਸਾਦਾ ਜਿਹਾ ਸ਼ੇਰ ਸੀ ਕਿ ਜਿਹੜਾ ਇਨਸਾਨ ਅਦਬ ਦਾ ਦਾਮਨ ਨਹੀਂ ਛੋੜਨਾ ਉਹ ਬਾ ਮੁਰਾਦ ਹੋਣਾ ਸਰਕਾਰ ਫਰਮਾਣੇ ਕਿ ਮੋਮਿਨ ਅਦਬ ਦੇ ਐਨ ਆਲੂਮ ਪੜ੍ਹ ਕੇ ਪਹਿਲੇ ਆਪਣੀ ਖਤਮ ਬੇਦੀਨੀ ਕਰਦਾ ਮਸਲਾ ਅੱਜ ਦੀ ਨਾਲ ਬਿਆਨ ਕਰਕੇ ਬੇਮੁਰਾਦ ਨੇ ਨੁਕਤਾਚੀਨੀ ਕਰਦਾ ਸਮਝਦਾਰ ਇਸ਼ਾਰੇ ਨੂੰ ਸਮਝ ਲੈਂਦਾ ਬੇਯਕੀਨ ਫਕਤ ਬੇਯਕੀਨੀ ਕਰਦਾ ਨੋਕ ਟੋਕ ਬੇਜਾਰ ਤਨਕੀਦ ਅਨਫੀਓ ਮੁਫਲਸ ਕਦੇ ਨਹੀਂ ਗੱਲ ਕਮੀ ਨਹੀਂ ਕਰਦਾ ਅੱਗੇ ਇੱਕ ਬੜਾ ਪਿਆਰਾ ਅਦਬ ਨੇ ਬਾਰੇ ਸ਼ੇਰ ਆ ਕਿ ਬੇਅਦਬ ਜਿਹੀ ਜ਼ਿੰਦਗੀ ਨਹੀਂ ਚੰਗੀ ਅਦਬ ਜ਼ਿੰਦਗੀ ਦਾ ਹਾਰ ਸੰਘਾਰ ਹੁੰਦਾ ਜਿਹੜਾ ਅਦਬ ਆਦਾਬ ਨੂੰ ਜਾਣਦਾ ਨਹੀਂ ਉਹ ਇਨਸਾਨ ਬੇਚਾਰਾ ਬੇਕਾਰ ਹੁੰਦਾ ਬਾ ਅਦਬ ਮਹਿਫਲ ਨਫ਼ਰਤ ਕਰੇ ਪੈਦਾ ਬੇਅਦਬ ਮਹਿਫਲ ਨਫ਼ਰਤ ਕਰੇ ਪੈਦਾ ਬਾ ਅਦਬ ਮਜਮਾ ਯਾਦਗਾਰ ਹੁੰਦਾ ਉਸਦਾ ਦੁਨੀਆ ਵੀ ਕਰਦੀ ਇਤਰਾਮ ਸਫਰੀਓ ਜਿਸ ਨੂੰ ਅਦਬ ਦੇ ਨਾਲ ਪਿਆਰ ਹੁੰਦਾ ਲਓ ਦੋਸਤੋ ਹੁਣ ਕੋਸ਼ਿਸ਼ ਪੰਡਾਲ ਵਿੱਚ ਵੈਲਕਮ ਕੁਛ ਹਮਦੇ ਦੱਸਦੇ ਹਾਂ ਜੀ ਤੇ ਬਾਕੀ ਹੁਣ ਟਾਈਮ ਵੀ ਕਾਫੀ ਹੋਈ ਗਿਆ ਜਿਸਲੇ ਰਾਜੇ ਨੂੰ ਵਫਾ ਕੀਤਾ ਉਸਲੇ ਦੋ ਚਾਰ ਗੱਲਾਂ ਕੋਈ ਆਪਣੀ ਮਰਜ਼ੀ ਨਹੀਂ ਸੁਣਾਈ ਸਕਦਾ ਇੱਕ ਅੱਧ ਸ਼ੇਰ ਅੱਲਾ ਪਾਕ ਦੀ ਤਾਰੀਫ ਨਾਲ ਪੇਸ਼ ਕਰਨੇ ਉਸ ਤੋਂ ਬਾਅਦ ਰਾਜੇ ਨੇ ਮਹਿਕ ਦੇਣੇ ਆ ਤੇ ਗੱਲ ਇਹ ਹੈ ਦੋਵਾਂ ਭਰਾਵਾਂ ਗਿਆ ਰਿਕੁਐਸਟ ਕੀਤੀ ਚੌਧਰੀ ਤਬਾਰਕ ਸਾਹਿਬ ਨਾਲ ਸਾਡਾ ਪਹਿਲਾ ਵਾਸਤਾ ਆ ਗੱਲ ਇਹ ਹੈ ਅਦਬ ਨਾਲ ਮਹਿਫਲਾਂ ਹੋਣੀਆਂ ਬੇਅਦਬੀ ਹੋਈ ਕਿਸੇ ਮਦਾ ਨਹੀਂ ਰਹਿਣਾ ਤੇ ਸੁਲਝੇ ਲੋਕ ਇੱਜ਼ਤ ਕੀਤੀ ਨਹੀਂ ਜਾਣੀ ਇੱਜ਼ਤ ਕਰਾਈ ਜਾਣੀ ਤੇ ਅਸਾਂ ਪੂਰਾ ਉਮੀਦ ਹਾਂ ਕਿ ਅੱਲਾ ਨੇ ਹੁਕਮੇ ਨਾਲ ਮਹਿਫਲ ਬੜੀ ਪੁਰ ਰੌਣਕ ਸੀ ਔਰ ਪੁਰਵਕਾਰ ਤਕਰੀਬੇ ਪੁਰਵਕਾਰ ਤਰੀਕੇ ਨਾਲ ਤੋੜ ਚੜ੍ਹਸੀ ਅੱਲਾ ਨੇ ਹੁਕਮੇ ਨਾਲ ਤੇ ਹਾਜੀ ਮੇਰਾ ਖਾਵਰ ਸਾਹਿਬ ਸਾਡੇ ਪਸੰਦੀਦਾ ਸ਼ਾਇਰ ਹੈ ਇਹਨਾਂ ਨੇ ਇੱਕ ਸ਼ੇਰ ਸੀ ਤੇਰੀ ਹਮਦ ਕੀ ਲਿਖਾ ਹੋ ਮਿਹਰਬਾਨਾ ਸਿਫਤਾਂ ਤੇਰੇ ਬਿਆਨ ਦੀਆਂ ਮੁਕਦੀਆਂ ਨਹੀਂ ਇੱਕ ਇੱਕ ਸਿਫਤ ਹੈ ਤੇਰੀ ਬਿਆਨ ਕੀ ਵਾਇਰ ਸ਼ਾਨਾ ਤੇਰੇ ਅਰਫਾਨ ਦੀਆਂ ਮੁਕਦੀਆਂ ਨੇ ਕਲਮ ਰੁਕ ਜਾਂਦਾ ਕਲਮਕਾਰੀਆਂ ਤੋਂ ਦਾਸਤਾਨਾ ਜ਼ਬਾਨ ਤੇ ਰੁਕਦੀਆਂ ਨਹੀਂ ਉਹ ਖਾਵਰ ਸਾਲ ਆਜ਼ਾਦੀ ਦੇ ਗੁਜ਼ਰ ਜਾਂਦੇ ਆਰਜ਼ੂਆਂ ਇਨਸਾਨ ਦੀਆਂ ਮੁਕਦੀਆਂ ਨੇ ਸੀ ਅਮਾਨ ਅੱਲਾ ਦੋਸਤੋ ਜੀ ਐਲੋ ਰਾਜ ਚੌਧਰੀ ਤਬਾਰਕ ਸਾਹਿਬ
शैतान राजी बिस्मिल्लाह रहमान रहीम। मैं दीवाजबल के तो दोस्तों बुजुर्गों साथियों मेरी तरफों और मेरे हमनवा साथियों की तरफों सारिया सबाना की खिदमत में अस्सलाम वालेकुम माजा सलाम तुसा सारे दोस्त अहबाब अज की जी महफल है इसने तू बखूबी वाकुफ हो साढ़े बहुत सन नदीम अख्तर साहब जिन्होंने शादी खाना है आबादी ने सिलसिले अज की महफल मुनकद हुई एक खुशी का मौका यार इस वास्ते इन्हें खूबसूरत जी महफल सजाई असं कोशिश कर सो कुछ जानने सबाना की नज़र करा चूंकि मैं क्या मलिक साहब गल करना सा कि अस विद आउट रेस्ट लगे हाँ तो जिते जाने असं कि घर के मालिक ताजे ही मिले तो असं भी बेशुमार रात लग गई लेकिन अस महसूस ना आते हैं तो सी साढ़े अंदर कोई थकावट है इन शाला तला तुम अगर खुश कर सा चूंकि अदबी महफल है तो जितने अदब न आसान तरीके बहसो सुन सो तो अस कोशिश कर सी कोई चंकी जी गल सुना ये अजीज है तबारक पहली महफल है इन्होंने माड़े न चूंकि माड़ी के कारण ही महफल से मैं इन्होंने ना ना कर सकता लेकिन छोटे अजीज है असा इन्होंने दिल ना दुखाने इन शाला कोशिश कर सा कि चंगी गल् सुना सर जो असम तो जिसलै बदनजमी हुई गई सर महफल उस महफल का जायका खत्म हो गया सारे सबान एक दफा ताजदारे मदीना हजरत मोहम्मद मुस्तफा सल्लल्लाहु अलैहि वसल्लम सरकार ना कलमा शरीफ याद करो ताकि महफल आगाज किया जाए बिस्मिल्लाह रहमान रहीम ला इलाहा इल्लल्लाहु मुहम्मद रसूलुल्लाह चंद साहबान साड़ी महफल तशरीफ रखने पे मेरे भाई मलिक सफदर साहब फखरे नियाजियां यानी मसूद साहब जिन्होंने कोशां काशां नाल अज महफल मुनकद हुई उन्होंने तलब नियाजिया आके यानी बाबर साहब भी आए हुए आसफ यानी साहब पे शमदोट असा उन्होंने भी वेलकम माने जी और मेरे भाई अरसल साहब तो आजी इफ्तखार साहब उर्फ काला कोट ना तलक असा उन्होंने वेलकम माने तो हूँ असबे रवायत थोड़ी देर सजी ना उसी तो उस बाद Thank you.
Thank you.
ماشاءاللہ اللہ پاک نے ببرکت نام تو محفل آباد ہویا تعریف اس میرے سونے مالک نے اس بادشاہ نے جڑا بادشاہ نہ بادشاہ مروم راجے افضل احمد سرکار کا شیخ تو دوستوں کی نظر آ اصل نکے نکے ہونے سے ایک شیر سننے ہونے سے آ کہ شاہ رگ تھی بوٹیا رب نیڑے کہ وہ میرا سونا مالک جڑی انسان کی شاہ رگ ہے اس نے تو نزدیک آ کسی شہر کا کولا مسجد دادے مطر دادے دادے جو کچھ ٹہتا ہی ایک بندے دا دل نہ ٹامی رب کیونکہ بندے دے اندر جی رب دی ذات موجود ہے اپنی اپنی پیاس لائیے ہیں مرحوم رائے صاحب آنے بڑا سننے لا شیرا میرے بیلیو کہا بانے مسجد ہے گھر اس کا Yeah.
ਸੁਗੇਈ ਸ਼ਹਿਰ ਨਸ਼ੇੜਾ ਕਿ ਦੁਨੀਆ ਮਾਲ ਕਿ ਜੇਕਰ ਸਕੂਨ ਮਿਲਦਾ ਦੁਨੀਆ ਵਿੱਚ ਅਮੀਰਾਂ ਨੂੰ ਮਿਲ ਜਾਂਦਾ ਜੇਕਰ ਰੱਬ ਹੁੰਦਾ ਬਾਦਸ਼ਾਹੀ ਅੰਦਰ ਬਾਦਸ਼ਾਹਾਂ ਵਜ਼ੀਰਾਂ ਨੂੰ ਮਿਲ ਜਾਂਦਾ ਕਿਉਂਕਿ ਉਸ ਮੇਰੇ ਮਾਲਕ ਨਾਲ ਕਾਨੂੰਨ ਇੱਕ ਬਣਾਇਆ ਜੇ ਬਾਦਸ਼ਾਹ ਨੇ ਹੱਥਾਂ 'ਚ ਚੜੀ ਜਾਇ ਤਾਂ ਅਸੀਂ ਨੇੜਾ ਲਵਾ ਦੇਣੇ ਸੀ ਬਿਸਮਿਲਾ ਜੇ ਕਦ ਰੱਬ ਹੁੰਦਾ ਬਾਦਸ਼ਾਹੀ ਅੰਦਰ ਬਾਦਸ਼ਾਹਾਂ ਵਜ਼ੀਰਾਂ ਨੂੰ ਮਿਲ ਜਾਂਦਾ ਸੁਖੀ ਸ਼ਹਿਰ ਵਾਲੇ ਤੇ ਰੱਬ ਰੱਬ ਅਨਫੀ ਜਿਹੜੇ ਕਰੀ ਜਾਂਦੇ ਅੱਜ ਕੱਲ੍ਹ ਸੌ ਜਣੇ ਤੱਕੇ ਸਟੇਜਾਂ ਪਰ ਕਲਮਾ ਪੜੀ ਉੱਥੇ ਹੀ ਭੱਜੀ ਗਏ ਤਾਂ ਨਾ ਕਲਮਾ ਸਾਰੇ ਪੜ੍ਹਨੇ ਆ ਮੈਂ ਵੀ ਪੜ੍ਹਨਾ ਤੁਸਾਂ ਵੀ ਪੜ੍ਹਨੇ ਹੋ ਕਲਮਾ ਹੁਸੈਨ ਵੀ ਪੜਿਆ ਕਲਮਾ ਬਲਾਲ ਵੀ ਪੜਿਆ ਤੇ ਕਲਮਾ ਉਵੈਸ ਵੀ ਪੜਿਆ ਤੇ ਕਲਮਾ ਹੁਸੈਨ ਵੀ ਪੜਿਆ ਲੇਕਿਨ ਸਿਰ ਦੇਦਾ ਪਿੱਛੇ ਨਹੀਂ ਅੱਜ ਪਿੱਛੇ ਜਾਣੇ 2 ਲੱਖ ਰੱਖੀ ਝੂਠੀ ਗਵਾਈ ਜਾਂਦੇ ਕਲਮਾ ਪੜਿਆ ਕਿਆ ਹੈ ਉਹ ਰੱਬ ਰੱਬ ਅਨਸੀ ਜਿਹੜੇ ਕਰੀ ਜਾਂਦੇ ਰੱਬ ਸੋਚ ਕੇ ਰੱਖੀਏ ਤਦਵੀਰ ਅੰਦਰੇ ਮੌਲੀ ਸਾਹਿਬ ਬਣ ਕੇ ਮੇਰੇ ਬੇਲੀਓ ਸਾਤਾ ਲੱਭ ਤਾਨੀ ਸਾਤਾ ਲੱਭ ਤਾਨੀ ਤਾਜੇ ਤਾਨੀ ਨੂੰ ਪਾਣ ਕਾਲ ਬਸ ਅਗਰ ਤੂੰ ਮੇਰੀ ਤਲਬ ਕਰੇਗਾ ਤੋ ਮੁਝੇ ਪਾਏਗਾ ਸਾਤਾ ਲੱਭ ਤਾਨੀ ਤਾਜੇ ਤਾਨੀ ਨੂੰ ਪਾਣ ਕਾਲ ਮੈਂ
शेरा के दिल अंदर छाती बार तक लै वसदा जिला दा खास दिल जानी अंदरे ये ख्वाब सब मैमो ख्याल तेरे तख्तो ताज ते शाही सुल्तानी अंदरे उत्थे आशक ते उत्थे मशहूर फिरदे करदे यारा दी यार मेहमानी अंदरे आमिर कुन दा कीता समान जिसने बेमिसल ओ सूरत दा सानी अंदरे मरवाहने पे क्यों मैं किसे मेरे मालिका क्यों मैं किसे तेरा शरीका खा ला शरीक ते वाहे दाद दे वल्ला शिंग सुनाए अजीम है किसी मेरे मालिका कोई ओ शायद साहब असों ने वेलकम आनी सारी महफिल तशरीफ फरमाए फखरे नियाजिया दी मेरे मालिका तेरे हुक्म देता भी रवा हर शै रोशन दिन तेरा काली क्योंकि उस मालिक कुल तो कोई विराज पोशीदा नहीं है अता के दिला ने पेट भी हो जाना कितनी मालूमात तेरी मेरे पेलियो करे लाख नहीं हम सरी कर सकता ना ही लाख तेरी ना मना तेरी वो आमिर यार के पुल तू सब है
खुशी की महफल है, थोड़ी और गलत दोस्तों की सुनाड़िया चंद रुपया ताजदारे मदीना हजरत मोहम्मद मुस्तफा सल्लल्लाहु अलैहि वसल्लम सरकार ने इशारे में करा विच दोस्तों की नजर है। अफद हुसैन अफद साहब फैसलाबाद तलक उन्होंने एक शेख से दोस्तों की नजर आ सरकार आवाज देने बिस्मिल्लाह आया चक भेज लिया मेरा नबी I'm gonna go.
گزارش کیتا کوشش کرسا 1,24,000 کم ہو پیش جتنے پیغمبر ہے سارے نے یہ دعا کہ اللہ پاک اسے پیغمبر نہیں کوئی ضرورت نہیں صرف اور صرف حضور اللہ کا دربار تھا ادارے کا دینا سرکار کا امتی بنا دے دوستو میں اس فن ایک قدم جانا لو پہلے میں کوشش ضرور کرتا ہوں رسول کا خیال آدم ہے التجا والے
شاید اس رو مدینہ دی یاد آ جائے عاشق رسول کی قلم چھیڑ کے آنا بسم اللہ او کرتا دل میں ٹرے مدینہ ندیم اختر گیانی صاحب میرے بھائی ملک صفدر صاحب بیٹھے مسعود گیانی صاحب بابر گیانی صاحب آج ہی راجہ افتخار اس وکالا کوٹ نہ تلتا جگر ہو لیے انتظام کے لئے سہمان ہمارے دوستوں کی نظر ہے اور میرے بھائی ارسل حسین ارسل ہونا دی نظر ہے عاشق رسول اپنے بھی بسم اللہ میں تلیاں نبی دیاں دیتا Thank you.
फिर सुनना ख्याल मुके गम खुशिया Yeah.
ਨਹੀਂ ਵੇਖਣ ਦਿੰਦਾ ਆਇਆ ਜਦ ਵਿਵਹਾਰਾ ਚੁਕੇ ਅੱਜ ਅਸਰ ਚੀਫ ਗੈਸਟ ਸਭ ਦੀ ਨਜ਼ਰ ਕਰਨਾ ਤਾਂ ਬੋਲ ਇਹ ਰੋਜ਼ ਦੇ ਸਮਾਨ ਹੈ ਪਿਆਰ ਸਖੀ ਸਰਕਾਰਾਂ ਨੇ ਸਦਾ ਨਾਮੋ ਕੀ ਕਰੀ ਕੁਝ ਮੇਰਾ
चादर पाइया तुसा दोस्तों की नजर मुतफरक दिया गल्ला मैं फकीर शहर मोहतरम आली फांसी सरकार उन्होंने शिरत इब्तिदा करना है सरकार आवाज देने बिस्मिल्लाह चल तबाजी खराबियां करे पैदा अजकल तो यकीन करो फुल खिड़ा तुम्हें देना ना दो चार संगी कट्ठे बैठे हो तो दूए जने की पिटाई दर्द पी दसना लेकिन
शहर आना पिया आला मेरे खिड़े मेरे खिड़े चमन नो रब जाने ये नजर की सुन पर नजर भी खा गई नीले निकलू आंधिया आ पई बिजली को पला हरिया जला गई मेरे बेलियो आरसू मंजर तबाही तबाही का नजर आंदा सड़े शजर सवागे का ढेर लगने वो मेरे जख्मा बिस्मिल्लाह करा मुशर मेरे बेलियो मेरे जख्मा I'm sorry.
ना कदे कवां पैगाम खड़े, ना कदे कबूतरां खड़े, ना कदे आवां खड़े,
शहर ने का अपना ख्याल होना। मैं एक शेर तुसे दोस्तों की नजर कर सा जिस तरह अजीज शेर पेश किया पुत्रा की भेजा जा आल हवाल पता करी या माड़ा महबूब कड़े हाल ही जा असा भी कबूतरा की टोरने पे होना है मलिक साहब एक शेर सुना सा तो फिर तुसा की मर्जी की गल इंशाल्लाह मलिक साहब बने मेरे बेलियो पढ़ के बिस्मिल्ला रब ने आसरे ते बिस्मिल्ला चप्पे नहीं लिया ये पढ़ के बिस्मिल्ला आशकेदार दीवाना अद्धी रात ना वक्त होना कठड़ दस्ता
دل اس کی مجبور کرنا تو اکھاں اس کی راہ دینیاں تو اس دنیا ہے اپنے محبوب نے ملاقات کے لیے آج کل تو ملاقات بڑی آسان ہے لوگ گڑیاں پر چلے جانے موٹر سائیکلوں پر چلے جانے پرانے وقت سے پیدل تو پہاڑی رستہ سا تو دیوانے اپنے محبوب نے مقام پر لازمی پہنچنا سا ادھی رات نہ وقت ہویا مرحوم راجہ افضل احمد سرکار اس نے قلم کشائی کرنے پہ آنے بسم اللہ کرنا جب بھی لیا شوق مسل خونی طوفان چلیا جس وقت بندہ دی رات پہاڑا چ پھرا نا تو سمجھو کہ خونی طوفان یا مرحوم آنے پہ I'm not afraid.
خاموشی روان ہویا چپ کر کے خاطر دیدار آتی آلا جس وقت دیوانہ کا روح نکلیا تو اکڑا ٹیم سی آئے وہ بھی فلک دے وہ بھی فلک دے نظر نہ آن دے سن جو سر چمک دے چوکھٹ بنا راتی جل پل کے وہ آیا سمان کا ادھی رات سی اس کا خیرا میں بھوک کیوں جگاواں نا
ਹਾਰਾ ਦਿਲ ਵਿੱਚ ਸੋਚਿਆ ਇਸ ਦੇ ਆਰਾਮ ਅੰਦਰ ਇਹ ਕੋਈ ਵਕਤ ਮੇਲਾ ਖਲਲ ਪਾਣ ਦਾ ਜਾਨੀ ਸੌਜੀ ਦੀਵਾਨਾ ਨਾ ਆਰਡਰ ਕੀਤਾ ਸਾ ਜਦੋਂ ਮੇਰੇ ਭੱਲੇ ਚ ਅਸੀਂ ਮੇਰੀ ਗਲੀ ਚ ਅਸੀਂ ਮੇਰੀ ਉੱਚਾ ਆਵਾਜ਼ ਕਰੀ ਨਾ ਬੁਲਾਇਆ ਘਰ ਜਾਓ ਨਾ ਕਿਹਾ ਨੀ ਸੌ ਜੀ ਗੱਲ ਬੜੀ ਸੁਣਨੇ ਵਾਲੀ ਹੈ ਕਿਸੇ ਨੇ ਘਰ ਜਾਓ ਘੰਟੀ ਦਬਾਉਣੀ ਪੈਣੀ ਜਾਂ ਮੋਬਾਈਲਾਂ ਪਰ ਗੱਲ ਮਾਰੀ ਸਕਦੇ ਪੁਰਾਣਿਆਂ ਵਕਤਾਂ 'ਚ ਸੰਗਲ ਖੜਕਾਣੇ ਹੋਏ ਸੀ ਇਹ ਗੱਲ ਹੈ ਮਲਿਕ ਜੀ ਚੁੱਕੇ ਉਹਨੂੰ ਦੀਵਾਨੇ ਨਾ ਮਹਿਬੂਬ ਨਾ ਹੁਕਮ ਵੀ ਸਾ ਆਰਡਰ ਵੀ ਸਾ ਲੇਕਿਨ ਕਿਆ ਕੀਤਾ ਦੀਵਾਨਾ ਮਜਬੂਰ ਹੋ ਗਿਆ ਬਿਸਮਿਲਾ ਕਰਾਂ ਚੱਲੀ ਰਿਹਾ
शाह का शेर उसके पास अन्य दोस्तों को बचा का फरना शाह ने कोशिश कर सकते चौ शेरा को क्लोज करा बड़ा चंगा जा जवान सा सड़ा उसने बड़ा तल्लक वास्ता सा लेकिन कानून कुदरत है कुल्लो नफ्स इंसाए कातुल मौत उसने और कोई चीज अल्लाह पाक ना कानून ना उसकी कोई त्रोड़ी नहीं सकना दोस्तों ते इससे नाल नाल सड़ा प्रास निका यानी साबर एक दो गल्ला होना नहीं याद इच भाई जफरान की याद इच मौत ने शेर इतनी दो शायर एक तखयल पेश करना के एडी खुदी तकबर ना कर बंदे तू ये दुनिया छोड़नी एडी खुदी तकबर ना कर बंदे दस तू ते तेरा मकाम किथे ओ दारिल सिकंदर नमरूद मिट गए दस उना दे नामो निशान किथे जिस दे तख्त नू परियां उड़ांदियां सन बड़ी शान वाला शाह सुलेमान किथे साया मौत ने मार फना किते ओ मालक इकमत दा शाह लुकमान किथे आते हुए अजाओ ही और जाते हुए निवास इतने कलील वक्त में आए और चले भी गए तो सरकार आने के कब्रां अज जिन्हां नू लोक कहंदे ओ ते दर्द मन्ना दिया चुगिया ने भला उन्हां वल जांदा ख्याल किसदा वा जड़ियां विच उजाड़ां दे लुगियां ने कफन फट के कीड़िया मोर कीते उल्लू बोल दे बैठियां तुगियां ने ओ साया कबर दी रही पहचान कोई नहीं उड़ते सिरां उत्ते बूटियां उगियां ने बड़े ही प्यारे शायर मेरे पसंदीदा शायर हाजी मेरा बखावर साहब इसे ही गल की कलम बंद करने मौत की किस तरह करने आने मौत दे अथू मजबूर होके मौत दे अथू मजबूर होके टुर गए मूसा कलीम अरुण टुर गए सुलेमान दे बख्त न तख्त रह गए गया कसरे अमारत सतून टुर गए दानश मंदा दी दानश दानाई ना रही अकल फिकर भी होके जबून टुर गए रहना दुनिया विच किसनु नसीब खावर और सजन दिलां दे नेक शगुन टुर गए मेरे दोस्तों ए मौत ना वाकई बड़ा पुरदर्द आ ते ए उन त्रै गल्लां जड़ियां या सरकार उना प्राण याद इच कीतियां जिस किसे ना कोई मोया होना उसकी अपना याद आ गसना ते एक दो गल्ला मैं हजूर नी नात नियां बड़े प्यारे जे शेर है आज मेरा फावर साहब ने आने के बैतल मकदस नु बदल के नाल मर्जी काबा किबला बनाया सी तेरी खातर वीराना आबाद कीता मक्का शहर बसाया सी तेरी खातर तेरे नाम दी अजमत नु करण उच्चा जारी जमजम कराया सी तेरी खातर इस्माइल नु जबा दे वक्त खावर ओ छुरी हेठ बचाया सी तेरी खातर मौला दौरे पैगंबर नसीब कर दे कीती ख्वाहिश कलीम सी तेरी खातर कीती ख्वाहिश कलीम सी तेरी खातर ईसा नबी ने अपने अवारियां नु दिती खबर अजीम सी तेरी खातर फार कलीद दिशाने उलाद सी ए तकारे ताजीम सी तेरी खातर मूसा ईसा दी खबर जबान विचों दी पेई ताजीम सी तेरी खातर अनेको मेनू ते जदू तूफान आया मैं सफीना बचाया सी तेरी खातर तारे तेज तूफान ते मोड़ के ते जूदी उत्ते पहुंचाया सी तेरी खातर वीराना आबाद कीता हर एक बासी बसाया सी तेरी खातर नूह नबी नु जमाने दे विच खावर ओ सानी आदम बनाया सी तेरी खातर आने के तेरी शबे मेराज दा सफर वखरा तेरी शबे मेराज दा सफर वखरा वखरा सफर बनाया सी तेरी खातर करण जाहिर जान ते शान तेरी तेनो कोल बलाया सी तेरी खातर
جبرائیل سی جتھے معزول ہویا کیونکہ ستویں آسمان تک جبرائیل گئے فرشتیاں نے سردار سے انہاں کہا یا رسول اللہ کیا میری بھی پرواز نہیں ہونی کیونکہ پر جلنے پہ جبرائیل سی جتھے معزول ہویا تخت عزت پہنچایا سی تیری خاطر خاور کعب کوسین دے وچ الکیو تیرا جشن منایا سی تیری خاطر آنا چلا سونیا شوق دے پرش لا کے میں آج عرش سجا لیا تیری خاطر میزبانی دے سارے نظام کر کے اتر مشک چھنکا لیا تیری خاطر تیرے حکم سی نوریاں ساریاں نو تیری راہ وچ بٹھا لیا تیری خاطر استقبال نو تیرے محراب خاورو سونا سما بنا لیا تیری خاطر ایک دو گلاں اپنی مرضی نہیں آ آنے کے خاور صاحب آنے دولت سربت دی شیری جنکار اندر کس نو خبر غریب دے آل دی رہی دیتا کسے سہارا نہیں شو اندر بیڑی ڈوب دی صدا کنگال دی رہی دستے ظالم نہیں ظلم تو باز آیا بد سگال فطرت بد سگال دی رہی او میں نوشی دے اتھے عجوم خاورو جتھے گونج دی بانگ بلال دی رہی نہ او ولولے مستیاں عشق دیاں نہ آج اسن دی تابو تواں رہ گئی رہ گیا پچھے او جاؤ جلال پچھلا ہن شورش بس آو فگاں رہ گئی سلب او گیا نور اس خاک وچوں اویا کی جے تبا جوان رہ گئی خاور جذبہ بلالی تے ریا کوئی نہ گیا عشق آواز ازاں رہ گئی اہلے چمن پہ کک دے چمن اندر آج کیوں چمن دے چمن ویران دس دے دلاں وچوں سکون نایاب آیا و خالی ہاتھ تے خالی دامان دس دے نہ نشان منزل نہ سراغ راتا اہلے قافلہ سارے حیران دس دے خاور فکرے محمدی گیا کتھے وہ عرص عوض دے بھرے ہوئے مقام دس دے میرے دوستو ہن نواسا رسول نشان اچ ایک دو گلاں اچ رہ راجہ وچ آپ ایک انسان تے ایک چیزاں نی داد دینی پیسی کہ دو اپرام محفل بہت سونی کی تھی اللہ کرسی سترا اختتام وزیر ہوسی میرے دوستو ایک کھاڑا تنی نا یہ دو بنی محفل ہے دو اپرام بہت سلیکے نال شیر پڑے قابل داد ہے دو اپرام تے کدھا کنجوسی نہ کرو تو تھوڑی جی تاڑیاں ماری سٹو کوئی پیسے نہیں لگتے تے اور میرے دوستو تکو گولڑے والے پیر صاحب فرمایا سی کہ میرا خدا جسے چاہتا ہے او جے کمال دیتا ہے اسے بطول کی چوکھٹ پہ ڈال دیتا ہے پرکھنا جسے ہو تو یا حسین کہو یہ وہ نام ہے جو شجرے کھنگال دیتا ہے ایک گولڑے والے پیر نہیں گالی میرے دوستو تو سرکار قریشی انور صاحب نے دو شیر ماڑے من پسند نے شیر ہیں سرکار نے جس لئے شہادتاں ہوئی چکیاں تے اپنے نانے لال مخاطب ہوڑے اے نانا جان میں تسا کی نماز نے دوران تہاڈی نماز وچ خلل پایا سا تسا 72 تسبیحات پڑھیاں سیاں تے اج میں 72 تن تہاڈے تو قربان کر دتے میں او کر چکائی چھڈیا سرکار آنے کے میرے دوستو جنہاں کی اللہ توفیقاں دتیاں نا ہندو بھی سرکار نے تعریف پہ کرنے ایک ہندو انڈیا نا شاعر سی رام پور کاش سہر او آنا غم میں حسین میں رویا اس قدر میں تو ہندو ہی رہا آنکھیں حسینی ہو گئی ہندو پہ آہڑا میرے دوستو تو ایک شیر قریشی انور صاحب نے آنے کہ تیرے دین تو ہو کے قربان نانا لج لگیاں پریتانی پال آیا کربلا دے خونی میدان اندر او دیوے حق کو صداقت نے بال آیا اصغر اکبر شہیدان دے دیکھ لاشے او اتے صبر دی چادر میں ڈال آیا انسانیت نو فخر فراق جس دے ہو کر کے قائم میں ایسی مثال آیا تاکہ یہ اپنی گلہ کی اگے ٹورنے تانے اے سڑا ایمان آ کہ باطل کدے بھی آپ کی زیر نہیں کری سکا آنے باطل حق نو زیر نہیں کر سکتا مٹسی کفر تے ریسی اسلام زندہ اشر تیک معصومہ دے خون دے سنگ او کدی کربلا تے کدی شام زندہ انسانیت لئی دتا حسین جیڑا
ہے او وچ تاریخ پیغام زندہ جب تک دنیا قائم فراق ہے وہ رہسی سید حسین دا نام زندہ میرے دوستو ہوں ایک دو گلا مجاز نہیں کر سکتا سب اجازت ہے تو گل یہ دوستو کہ ملائک اظہر آخیا سی کہ اظہر ایک منصور سی دار والا نہیں منصور ہوتا ہر ایک دار واسطے ہوں عاشق پتری دہڑے لے جڑے نا آنے کے اکو بول منصور نے بولیا سی استی رہی نہ اس دا نشان ریا غیرت حسن دی نقش مٹا دیتا دنیا وچ بس عرف زبان ریا کس دی طاقت جو اندر دے راز کھولے ہر ہر دور وچ اوندا اعلان ریا او دے وصل دی محفل سبحان خاور وے تھے کوک دا ہر ایک انسان ریا تے قادر صاحب نہ مجاز نہ شعر لیکن لکھیا بڑے پیارے انداز نال نے آنے کردی زخم کلے جڑے وچ رہندی کردی زخم کلے جڑے وچ رہندی او ایک یاد وساری پر وسری نہ سینے وچ آباد ایک تانگ ہوئی ہر ہر بار وساری پر وسری نہ وسدی رہی تصور وچ ایک صورت دل ناشاد وساری پر وسری نہ قادر دائرہ ازل دی بارگاہ وچ ایک فریاد وساری پر وسری نہ بہت شکریہ دوستو رائے صاحب مہربان زفران کیانی صاحب انہوں نے یاد بچ ایک دو گلا اس تو قبل ساڑے محترم میرے بھائی ملک صدر صاحب سب بڑیا پیاری گلا سنائیا محبت نال سنگار آواز دینے زفران صاحب پاک سر زمین پر ہونے سعودی عربیہ سڑی محفل میں بیٹھے ہوئے سڑے ستار نواز عمران دوست اساں نے ویلکم آخنے ہاں جی چٹے لٹھے نال جسم سجانا پہندا کوئی نہیں ریشم لباس گل پا سکتا آج پھر کھڑی سرکار نے کہ لپے بھکے مٹی پا کے کردے ٹھیر اجیرا منگ دعا کر نوجوان پھر نہیں پاندے پھر سرکار نے Yeah,
شیر دوستنی کو زار کرنے شروع باتی کے دو شیر سنگے دوستنی کو چٹا سائیکل کو جھوڑی ہو اسے تو بات بات ایک کر کو سنا دے دوستہ کو اجازت چاہ سا باب کرم شاہ صاحب سرکار نے فرمایا سی کہ جانے میں آیا تے کرم آزان ہوئی ہو گئی نماز میں چلے آگے آتے ہوئے آزان ہوئی جاتے ہوئے نماز بس اتنے سے کلین وقت میں آئے اور سے سرکار نے شیر کی بے بات میں پیش کیا ہوا شاید نہ سلطان محمود میئر صاحب نے چھوٹا لے کر ہاری خیال کرنے آ رہے لکھ دو کلمات سرکار آواز دینا جان والیا جا تیرا خدا یا
دو دو بیت تو واقعہ کر وہ بلا تو پھر سبانا بلو جا دو کیونکہ ترہ تو ہی گئے ساڑھے ترہ بجے غالبا ازانہ ہوئی جانا تو جیتے لے جانے کلوز کر سن اصلا کہ ازانہ اچھا ہی ہو جاسی بسم اللہ ساڑھے پائی کیا نیم سو صاحب ملک صدر صاحب اور بابر کیا نیم صاحب بھی بیٹھے آج نیم محفل چیف گیس ندیم اختر کیا نیم اور ساڑھے پائی ملک شہد صاحب ملک صدر صاحب دیکھر اور بھی سبان ہیں جڑے سارے دوستوں کی نظر کرنا میں فقیر شاعر نقشیر سب دوستوں کی نظر آتا میں کیا اصلا لگاتار راتہ جاگنے ہاں ویڈ آؤٹ ریسٹ رہی ہیں تو مسعود کیانی صاحب دینا آخر کے راجار آئے تھے صرفہ کر دیئے کیا رہے ہو اے ملک صاحب سرکار آواز دینے بسم اللہ شیر نے چاہ سارے بھائی جناب خان ارسل خان صاحب آخری کے شیر اس کے بعد واقعی کا گوگلا سوچ گئے سونیے پیر پاوی
भाई असल साहब चुके इब्तदाई मरहले जैसे सब बैठे से आप इनामी अखर साहब दो बोल में लाजमी सुना अगर मैं कंजूसी करी जा तो यकीन करो माना नाराज हो गया क्योंकि पहले मैं ख्याल जब बंदा नाराज हो गया तो रब अपनी जात भी नाराज हो गया दो बोल इन्होंने मैं पेश कर सा दोस्तों बाद सहबान को इजाजत चाह सा ठीक है मालिक साहब मैं ख्याल दो बोल सदी कराना मैं टोटल दो बोले भाई असल में चाहता है बिस्मिल्लाह जोड़ा पखियां दा जोड़ा पखियां दा साहब
میں اپنی مرضی نے دو بول چونکہ انہاں دی اکھیاں بہت چنگیاں لمیاں بارے استاد نے شعر لکھا سا کہ اے اکھیاں ملک سعودر صاحب اے اکھیاں سنبھال کے رکھیاں سن نالے دلا تے قابو بھی پا لیا سی عرصہ ہویا ایک شعر نو چھوڑ آئے سا دے تسلیاں اس دل نو بلا لیا سی مڑ کے یاد سا پیش عجیب آیا کسے دل تے قبضہ جما لیا سی اس اجڑے فدا ویران دل وچ ستم گھر نے گھر بنا لیا سی خصوصی میرے محترم میرے بھائی بابر کیانی صاحب فخر نیازیاں مسعود کیانی صاحب فخر نیازیاں اور ملک صفدر صاحب تے اج دی محفل دے چیف گیسٹ جڑے ندیم اختر صاحب انہاں دی نظر ہے تے ذکر ہو گئے دے سامان لٹی پیارا لٹے گیا دیوانا بسم اللہ کر گئی جادو کر گئی کر گئی جادو کر گئی سونی صورت یار والی لٹ کے کنے گئی چین کچھ کرنا لٹ کے کنے گئی چین کچھ کرنا پڑیا اچھا چلو دو بولاری نام دوست سارے بھائی بابر کیانی صاحب سردار طیب صاحب میری چاہتے ایک آخری گیت دوستان نظر کرنے اس لگوال واقعی کرو گنا چڑیا سورج سے ہو کے اداس بیٹھا چنا پہ گئی شام ڈھونڈے آیا تیریا یاداں نے
असल में मर गए यजीद है, इस्लाम जिंदा होता है हर करबला के बाद। आना जालमा जुलम दी ताना छोड़ी, इना साबरा सबर दी ताना छोड़ी। फकीर शायर साईं शबीर सरकार ना शेर, मैं तो सब दोस्तों नजर दसा चुके खसूसी निजामिया सबाना ना होता सऊदी अरबिया पाक सरजमीन गुरु आए जी उन्होंने नजर आरोम साहिब सरकार ने बिस्मिल्लाह
کون جائے انہوں دوستوں تھے جنہیں شیر کی فرمائش کی تھی جناب ارزر کیا نہیں صاحب سامس کیا نہیں صاحب سارے پہلے جناب ارزر کیا نہیں صاحب آلم کیم سو دیا بابا ہے گھٹوار راجہ ملائی تازر صاحب میرے دوستوں ایک شیر نے بھی پوری کربلا کی بند کرتا ہوں اجازت لینے ہوئے ہوں بسم اللہ کرام آنے سدا سدا وہ یتیاں دا نائی تہیے کرما دا وہ ویلا جن مولا جانے نال سبب دے جی غلطی تو معاف کرے یعنی صاحب بھائی ارشد جی کو غلطی کو